ਲੰਘੇ ਕੁਝ ਦਿਨਾਂ ਤੋਂ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਉਹ ਵੀਡੀਓ ਹੋਰ ਕਿਸੇ ਦੀ ਨਹੀਂ, ਸਗੋਂ ਬਰਖਾਸਤ SHO ਨਵਦੀਪ ਸਿੰਘ ਦੀ ਵੀਡੀਓ ਹੈ। ਉਸ ਵੀਡੀਓ ਦੇ ਵਿੱਚ ਨਵਦੀਪ ਸਿੰਘ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ ਨੇ, ਉਹਨਾਂ ਦੀ ਬਰਖਾਸਤਗੀ ਤੋਂ ਬਾਅਦ ਪਹਿਲੀ ਵਾਰ ਬਿਆਨ ਦਿੰਦੇ ਨਜ਼ਰ ਆਏ ਨੇ। ਉਹਨਾਂ ਦੇ ਖਿਲਾਫ ਪਰਚਾ ਹੋਇਆ, ਮਾਨਵਜੀਤ ਢਿੱਲੋਂ, ਜਸ਼ਨਵੀਰ ਢਿੱਲੋਂ ਦੀ ਮੌਤ ਨੂੰ ਲੈ ਕੇ ਪਰਚਾ ਹੋਇਆ। ਹਾਲਾਂਕਿ ਮਾਨਵਜੀਤ ਢਿੱਲੋਂ ਦੀ ਮੌਤ ਦਾ ਅਜੇ ਤੱਕ ਕੋਈ ਪ੍ਰਮਾਣ ਨਹੀਂ ਹੈ, ਪਰ ਜਸ਼ਨਵੀਰ ਢਿੱਲੋਂ ਦੀ ਲਾਸ਼ ਨੂੰ ਤਾਂ ਸਾੜ ਦਿੱਤਾ ਗਿਆ ਸੀ, ਉਹਨਾਂ ਦਾ ਦੇਹ ਸੰਸਕਾਰ ਕਰ ਦਿੱਤਾ ਗਿਆ ਸੀ, ਪਰ ਹੁਣ ਜਾ ਕੇ ਕਿਹੜੇ ਨਵੇਂ ਤੱਥ ਸਾਹਮਣੇ ਆ ਗਏ ਨੇ। ਖੈਰ, ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਬਰਖਾਸਤ SHO ਨਵਦੀਪ ਸਿੰਘ ਨੇ ਜੋ ਤੱਥ ਪੇਸ਼ ਕੀਤੇ ਨੇ, ਉਹਨਾਂ ਤੱਥਾਂ ਨੂੰ ਸੁਣ ਕੇ ਪਲੜਾ ਹੁਣ SHO ਨਵਦੀਪ ਸਿੰਘ ਵਾਲਾ ਭਾਰੀ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ ਲੰਘੇ ਕੁਝ ਸਮੇਂ ਦੇ ਵਿੱਚ, ਜਦੋਂ ਦਾ ਇਹ ਸਾਰਾ ਸਮੀਕਰਨ ਵਾਪਰਿਆ, ਲੰਘੇ ਸਾਲ ਜੋ ਕੁਝ ਹੋਇਆ ਦੋਵਾਂ ਢਿੱਲੋਂ ਭਰਾਵਾਂ ਦੀ ਕਥਿਤ ਮੌਤ ਤੋਂ ਬਾਅਦ, ਜਿਹਦੇ ਵਿੱਚ ਇੱਕ ਮੌਤ ਨੂੰ ਤਾਂ ਪ੍ਰਮਾਣ ਵੀ ਦੇ ਦਿੱਤਾ ਗਿਆ ਸੀ, ਜਸ਼ਨਵੀਰ ਢਿੱਲੋਂ ਦੀ ਮੌਤ ਨੂੰ ਪ੍ਰਮਾਣ ਦੇ ਦਿੱਤਾ ਗਿਆ ਸੀ, ਸੁਸਾਈਡ ਨੂੰ ਪ੍ਰਮਾਣ ਦੇ ਦਿੱਤਾ ਗਿਆ ਸੀ, ਉਸ ਦੇ ਵਿੱਚ ਹੁਣ ਨਵੇਂ ਤੱਥ ਪੇਸ਼ ਕੀਤੇ ਜਾ ਰਹੇ ਨੇ। ਉਹ ਤੱਥ ਹੋਰ ਕੋਈ ਨਹੀਂ, ਸਗੋਂ SHO ਨਵਦੀਪ ਸਿੰਘ ਪੇਸ਼ ਕਰਦੇ ਨਜ਼ਰ ਆ ਰਹੇ ਨੇ। ਔਰ ਪਲੜਾ ਕਿਉਂ SHO ਬਰਖਾਸਤ SHO ਨਵਦੀਪ ਸਿੰਘ ਦਾ ਭਾਰੀ ਲੱਗ ਰਿਹਾ, ਉਸ ਉੱਤੇ ਚਰਚਾ ਕਰਨ ਲਈ ਅੱਜ ਸਾਹਮਣੇ ਆਏ, ਕਿਉਂਕਿ ਬਰਖਾਸਤ SHO ਨਵਦੀਪ ਸਿੰਘ ਨੇ ਕੁਝ ਗੱਲਾਂ ਇਹੋ ਜਿਹੀਆਂ ਦੱਸੀਆਂ, ਇਹੋ ਜਿਹੀਆਂ ਗੱਲਾਂ ਸਾਹਮਣੇ ਰੱਖੀਆਂ, ਜਿਸ ਤੋਂ ਬਾਅਦ ਇਹ ਕਲੀਅਰ ਹੋ ਜਾਂਦਾ ਹੈ ਕਿ ਅਜੇ ਤੱਕ ਪੂਰੀ ਤਰ੍ਹਾਂ ਜਾਂਚ ਇਸ ਮਾਮਲੇ ਦੇ ਉੱਤੇ ਨਹੀਂ ਹੋ ਸਕੀ। ਕਿਉਂਕਿ ਜੇ ਸਭ ਤੋਂ ਪਹਿਲੇ ਤੱਥ ਦੇ ਉੱਤੇ ਜਾਈਏ ਤਾਂ ਬਰਖਾਸਤ SHO ਨਵਦੀਪ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਿਹੜੀ ਇਹ ਬਰਖਾਸਤਗੀ ਹੋਈ ਹੈ, ਉਹਨਾਂ ਦੇ ਉੱਤੇ ਜਿਹੜਾ ਪਰਚਾ ਹੋਇਆ, ਉਹ ਸਿਰਫ ਅੰਡਰ ਪ੍ਰੈਸ਼ਰ ਹੋਣ ਕਾਰਨ ਹੋਇਆ ਆ, ਯਾਨੀ ਕਿ ਪ੍ਰਸ਼ਾਸਨ ਉਸ ਵੇਲੇ ਅੰਡਰ ਪ੍ਰੈਸ਼ਰ ਹੋ ਗਿਆ ਸੀ, ਜਿਸ ਵਾਸਤੇ ਪਰਚਾ ਕਰਨਾ ਹੀ ਪੈਣਾ ਸੀਗਾ। ਔਰ ਇਸ ਮਾਮਲੇ ਨੂੰ ਲੈ ਕੇ ਬਰਖਾਸਤ SHO ਨਵਦੀਪ ਸਿੰਘ ਨੇ ਇਹ ਦਾਅਵਾ ਕੀਤਾ ਆ ਕਿ ਇੱਕ ਵਾਰ ਵੀ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕੋਈ ਟੀਮ ਨਹੀਂ ਪਹੁੰਚੀ ਜਿਸ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਹੋਵੇ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜਿਸ ਜਾਂਚ ਦਾ ਹੋਣਾ ਜ਼ਰੂਰੀ ਸੀ, ਜਿਸ ਇਨਵੈਸਟੀਗੇਸ਼ਨ ਦਾ ਹੋਣਾ ਜ਼ਰੂਰੀ ਸੀ, ਉਸ ਇਨਵੈਸਟੀਗੇਸ਼ਨ ਨੂੰ ਅਮਲ ਦੇ ਵਿੱਚ ਕਦੀ ਲਿਆਇਆ ਹੀ ਨਹੀਂ ਗਿਆ। SHO ਬਰਖਾਸਤ SHO ਨਵਦੀਪ ਸਿੰਘ ਇਸ ਗੱਲ ਦੇ ਉੱਤੇ ਪ੍ਰਮਾਣ ਦਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਝੂਠਾ ਫਸਾਇਆ ਜਾ ਰਿਹਾ। ਉਹਨਾਂ ਨੇ SI ਜਸਪਾਲ ਸਿੰਘ ਅਤੇ ASI ਬਲਦੇਵ ਸਿੰਘ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਲਿਖੀ ਗਈ ਹੈ ਕਥਿਤ ਤੌਰ ਦੇ ਉੱਤੇ, ਉਹ ਝੂਠੇ ਤੱਥਾਂ ਦੇ ਨਾਲ ਲਿਖੀ ਗਈ ਹੈ। ਉਹਨਾਂ ਨੇ ਸਾਫ਼ ਕਿਹਾ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਇਨਵੈਸਟੀਗੇਸ਼ਨ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਨਹੀਂ ਹੋਈ, ਕਿਉਂਕਿ ਇਹ ਸਾਰਾ ਕੁਝ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਵਾਪਰਿਆ ਸੀ। ਇਹ ਇਸ ਵਾਸਤੇ ਉਹਨਾਂ ਦਾ ਦਾਅਵਾ ਆ ਕਿ ਉੱਥੇ ਉਸ ਤੋਂ ਬਾਅਦ ਕੋਈ ਵੀ ਇਨਵੈਸਟੀਗੇਸ਼ਨ ਅਮਲ ਦੇ ਵਿੱਚ ਨਹੀਂ ਆਈ ਹੈ। ਦਰਅਸਲ ਲੰਘੇ ਸਾਲ ਢਿੱਲੋਂ ਭਰਾਵਾਂ ਦਾ ਇਹ ਮਾਮਲਾ ਬੇਹੱਦ ਭੜਕਿਆ ਸੀ, ਔਰ ਉਸ ਦੇ ਵਿੱਚ ਇੱਥੋਂ ਤੱਕ ਗੱਲਾਂ ਹੋਈਆਂ ਸੀ ਕਿ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਮਾਨਵਜੀਤ ਢਿੱਲੋਂ ਦੇ ਨਾਲ ਔਰ ਜਸ਼ਨਵੀਰ ਢਿੱਲੋਂ ਦੇ ਨਾਲ ਬਦਫੈਲੀ ਕੀਤੀ ਗਈ ਹੈ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇੱਥੋਂ ਤੱਕ ਦੇ ਇਲਜ਼ਾਮ ਬਰਖਾਸਤ SHO ਨਵਦੀਪ ਸਿੰਘ ਦੇ ਉੱਤੇ ਲੱਗੇ ਸੀ, ਪਰ ਕੀ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਕੋਈ ਇਨਵੈਸਟੀਗੇਸ਼ਨ ਹੋਈ ਜਾਂ ਫਿਰ ਸਿੱਧਾ ਹੀ ਬਰਖਾਸਤ SHO ਨਵਦੀਪ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ? ਇਹਦੇ ਉੱਤੇ ਹੁਣ ਸਵਾਲ ਖੜੇ ਹੋ ਰਹੇ ਨੇ, ਕਿਉਂਕਿ ਬਰਖਾਸਤ SHO ਨਵਦੀਪ ਸਿੰਘ ਨੇ ਇਹ ਤੱਥ ਪੇਸ਼ ਕੀਤਾ ਕਿ ਉਸ ਤੋਂ ਬਾਅਦ, ਉਸ ਮਾਮਲੇ ਤੋਂ ਬਾਅਦ ਭਾਵੇਂ ਬਰਖਾਸਤਗੀ ਵੀ ਹੋ ਗਈ, ਮਾਮਲਾ ਕੋਰਟਸ ਦੇ ਵਿੱਚ ਚਲਾ ਗਿਆ, ਮਾਮਲਾ ਅੰਤ ਦੇ ਵਿੱਚ ਸੁਪਰੀਮ ਕੋਰਟ ਤੱਕ ਵੀ ਚਲੇ ਜਾਂਦਾ, ਪਰ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਜਾਂਚ ਜਿਹੜੀ ਹੈ ਅੰਤਲੇ ਚਰਮ ਤੱਕ ਨਹੀਂ ਕੀਤੀ ਗਈ, ਕੋਈ ਵੀ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਬਰਖਾਸਤ SHO ਨਵਦੀਪ ਸਿੰਘ ਦੇ ਬਾਕੌਲ ਨਹੀਂ ਕੀਤੀ ਗਈ। ਪਰ ਇਹ ਮਾਮਲਾ ਇੱਥੇ ਤੱਕ ਹੀ ਨਹੀਂ ਰੁਕਦਾ, ਇਲਜ਼ਾਮ ਬਰਖਾਸਤ SHO ਨਵਦੀਪ ਸਿੰਘ ਦੇ ਹੋਰ ਵੀ ਨੇ। ਦਰਅਸਲ ਬਰਖਾਸਤ SHO ਨਵਦੀਪ ਸਿੰਘ ਨੇ ਸੰਸਕਾਰ ਕੀਤੇ ਗਏ ਜਸ਼ਨਵੀਰ ਢਿੱਲੋਂ ਦੀ ਦੇਹ ਦੇ ਉੱਤੇ ਵੀ ਸਵਾਲ ਚੁੱਕੇ ਨੇ। ਬਰਖਾਸਤ SHO ਨਵਦੀਪ ਸਿੰਘ ਦਾ ਇਹ ਸਵਾਲ ਹੈ ਕਿ ਕੀ ਇਸ ਚੀਜ਼ ਦਾ ਪ੍ਰਮਾਣ ਦਿੱਤਾ ਜਾ ਸਕਦਾ ਹੈ ਕਿ ਜਿਹੜੀ ਲਾਸ਼ ਰਿਕਵਰ ਕੀਤੀ ਗਈ ਉਹ ਜਸ਼ਨਵੀਰ ਢਿੱਲੋਂ ਦੀ ਲਾਸ਼ ਸੀ ਜਾਂ ਫਿਰ ਕਿਸੇ ਹੋਰ ਦੀ ਲਾਸ਼ ਵੀ ਹੋ ਸਕਦੀ ਹੈ, ਇਸ ਚੀਜ਼ ਦਾ ਕਿਉਂ
ਕੋਈ ਸਵਾਲ ਨਹੀਂ ਪੁੱਛ ਰਿਹਾ ਜਾਂ ਫਿਰ ਕਿਉਂ ਨਹੀਂ ਸਵਾਲ ਪੁੱਛਿਆ ਗਿਆ। ਖੈਰ ਇਸ ਉੱਤੇ ਜੇ ਗੱਲ ਕਰੀਏ ਬਰਖਾਸਤ SHO ਨਵਦੀਪ ਸਿੰਘ ਦੀ, ਉਹ ਕਹਿੰਦੇ ਨੇ ਕਿ ਉਸ ਲਾਸ਼ ਨੂੰ ਲੈ ਕੇ ਕੋਈ ਵੀ ਪ੍ਰਮਾਣ ਪੱਤਰ ਜਾਰੀ ਨਹੀਂ ਹੋਇਆ, ਕੋਈ ਵੀ ਰਿਪੋਰਟ ਜਾਰੀ ਨਹੀਂ ਹੋਈ ਕਿ ਉਹ ਲਾਸ਼ ਜਸ਼ਨਵੀਰ ਢਿੱਲੋਂ ਦੀ ਹੈ ਜਾਂ ਫਿਰ ਕਿਸੇ ਹੋਰ ਦੀ ਹੈ। ਪਰ ਇਸ ਮਾਮਲੇ ਨੂੰ ਲੈ ਕੇ, ਉਸ ਲਾਸ਼ ਨੂੰ ਲੈ ਕੇ ਸਿਰਫ ਉਸ ਦੇ ਹੁਲੀਏ ਨੂੰ ਮੱਦੇਨਜ਼ਰ ਰੱਖਦਿਆਂ ਇਹ ਪ੍ਰਮਾਣ ਦੇ ਦਿੱਤਾ ਗਿਆ ਕਿ ਉਹ ਲਾਸ਼ ਜਸ਼ਨਵੀਰ ਢਿੱਲੋਂ ਦੀ ਹੈ। ਪਰ ਇਸ ਮਾਮਲੇ ਸੰਬੰਧੀ ਬਰਖਾਸਤ SHO ਨਵਦੀਪ ਸਿੰਘ ਨੇ ਇੱਥੋਂ ਤੱਕ ਗੱਲਾਂ ਕਹੀਆਂ ਨੇ ਕਿ ਇਸ ਸੰਬੰਧੀ ਜਦੋਂ ਲਾਸ਼ ਰਿਕਵਰ ਕੀਤੀ ਗਈ ਤਾਂ ਉਦੋਂ ਲਾਸ਼ ਗਲੀ ਸੜੀ ਹਾਲਤ ਦੇ ਵਿੱਚ ਸੀ ਅਤੇ ਇਸ ਕਾਰਨ ਉਸ ਦੇ ਹੁਲੀਏ ਤੋਂ ਇਹ ਪ੍ਰਤੀਤ ਨਹੀਂ ਕੀਤਾ ਜਾ ਸਕਦਾ ਸੀ, ਉਸ ਦੇ ਸਰੀਰ ਤੋਂ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਸੀ, ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਸੀ ਕਿ ਇਹ ਲਾਸ਼ ਜਸ਼ਨਵੀਰ ਢਿੱਲੋਂ ਦੀ ਹੈ। ਇਹ ਵਾਜਬ ਗੱਲ ਹੈ, ਹਰਗਿਜ਼ ਜੇ ਇਸ ਕੰਡੀਸ਼ਨ ਦੇ ਵਿੱਚ ਲਾਸ਼ ਸਾਹਮਣੇ ਆਉਂਦੀ ਹੈ ਤਾਂ ਨਹੀਂ ਇਸ ਬਾਰੇ ਪ੍ਰਮਾਣ ਦਿੱਤਾ ਜਾ ਸਕਦਾ ਅਤੇ ਲਾਜ਼ਮੀ ਤੌਰ ਦੇ ਉੱਤੇ ਉਸਦਾ DNA ਟੈਸਟ ਹੋਣਾ ਜ਼ਰੂਰੀ ਹੈ। ਔਰ ਇਹੀ ਸਵਾਲ ਚੁੱਕਦੇ ਨਜ਼ਰ ਆਏ ਨੇ ਬਰਖਾਸਤ SHO ਨਵਦੀਪ ਸਿੰਘ, ਕਹਿੰਦੇ ਨੇ ਕਿ ਕੋਈ DNA ਟੈਸਟ ਕੀਤਾ ਗਿਆ ਜਿਸ ਚੀਜ਼ ਦੀ ਰਿਪੋਰਟ ਸਾਹਮਣੇ ਆਈ ਹੋਵੇ ਅਤੇ ਇਹ ਪ੍ਰਮਾਣ ਦਿੱਤਾ ਗਿਆ ਹੋਵੇ ਕਿ ਉਹ ਲਾਸ਼ ਜਿਹੜੀ ਸੀ ਉਹ ਜਸ਼ਨਵੀਰ ਢਿੱਲੋਂ ਦੀ ਸੀ। ਔਰ ਦੂਜੀ ਵੱਡੀ ਗੱਲ, ਇਸ ਮਾਮਲੇ ਨੂੰ ਲੈ ਕੇ ਜਦੋਂ ਪਰਿਵਾਰ ਦੇ ਨਾਲ ਗੱਲ ਕੀਤੀ ਗਈ, ਪਰਿਵਾਰ ਦਾ ਇਹ ਜ਼ਰੂਰ ਕਹਿਣਾ ਕਿ DNA ਟੈਸਟ ਕਰਵਾਇਆ ਸੀ ਪਰ ਉਹਦੀ ਰਿਪੋਰਟ ਅਜੇ ਤੱਕ ਨਹੀਂ ਆਈ, ਪਰਿਵਾਰ ਦਾ ਇਹ ਦਾਅਵਾ ਆ, ਜਿਸ ਵਾਸਤੇ ਪਰਿਵਾਰ ਦੇ ਉੱਤੇ ਹੁਣ ਸਵਾਲ ਖੜ੍ਹੇ ਹੋਣ ਲੱਗੇ ਨੇ। ਔਰ ਬਰਖਾਸਤ SHO ਨਵਦੀਪ ਸਿੰਘ ਦਾ ਇਹ ਬਿਆਨ ਸਹੀ ਲੱਗਣ ਲੱਗ ਚੁੱਕਿਆ। ਮੀਡੀਆ ਦੇ ਵਿੱਚ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ ਨੇ, ਬਰਖਾਸਤ SHO ਨਵਦੀਪ ਸਿੰਘ ਨੇ ਜੋ ਗੱਲਾਂ ਆਖੀਆਂ ਨੇ ਉਸ ਦੇ ਉੱਤੇ ਹੁਣ ਢਿੱਲੋਂ ਭਰਾਵਾਂ ਦੇ ਪਰਿਵਾਰ ਦੇ ਉੱਤੇ ਸਵਾਲ ਖੜ੍ਹਨ ਲੱਗੇ ਨੇ। ਦਰਅਸਲ ਹੋਇਆ ਕੀ ਹੈ, ਹਾਲ ਹੀ ਦੇ ਵਿੱਚ ਬਰਖਾਸਤ SHO ਨਵਦੀਪ ਸਿੰਘ ਦੇ ਪਿਤਾ ਦੀ ਮੌਤ ਹੋਈ ਹੈ, ਜੋ ਬੇਹੱਦ ਦੁਖਦਾਈ ਹੈ। ਹਰਗਿਜ਼ ਕਿਸੇ ਵੀ ਵਿਅਕਤੀ ਦੇ ਨਾਲ ਜਦੋਂ ਇਸ ਤਰ੍ਹਾਂ ਵਾਪਰਦਾ ਹੈ, ਇਹੋ ਜਿਹਾ ਭਾਣਾ ਵਾਪਰਦਾ, ਉਹਦੇ ਲਈ ਦੁਖਦਾਈ ਹੁੰਦਾ, ਭਾਵੇਂ ਉਹ ਹੁਣ ਬਰਖਾਸਤ SHO ਨਵਦੀਪ ਸਿੰਘ ਨੇ, ਭਾਵੇਂ ਪਹਿਲਾਂ ਢਿੱਲੋਂ ਪਰਿਵਾਰ ਸੀ ਜਿਨ੍ਹਾਂ ਦੇ ਦੋਵੇਂ ਪੁੱਤ ਅਚਾਨਕ ਲਾਪਤਾ ਹੋ ਗਏ ਔਰ ਉਹਨਾਂ ਦੀ ਸੁਸਾਈਡ ਦੀਆਂ ਗੱਲਾਂ ਸਾਹਮਣੇ ਆਉਣ ਲੱਗ ਗਈਆਂ। ਪ੍ਰਮਾਣ ਭਾਵੇਂ ਅੰਤ ਤੱਕ ਆਉਂਦੇ ਆਉਂਦੇ ਜੋ ਮਿਲਿਆ ਸਭ ਨੇ ਦੇਖਿਆ, ਪਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਬਰਖਾਸਤ SHO ਨਵਦੀਪ ਸਿੰਘ ਨੇ ਇਹ ਦਾਅਵਾ ਕੀਤਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਦੋਂ ਤੱਕ ਉਹ ਆਪਣੇ ਪਿਤਾ ਦਾ ਦੇਹ ਸੰਸਕਾਰ ਨਹੀਂ ਕਰਨਗੇ। ਔਰ ਇਸ ਵਾਸਤੇ ਕਪੂਰਥਲਾ ਦੇ ਗੇੜੇ ਕਹਿੰਦੇ ਉਹਨਾਂ ਦੇ ਜ਼ਿਆਦਾ ਲੱਗਣ ਲੱਗ ਗਏ ਨੇ। ਪਰ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ, ਉਸ ਵੇਲੇ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਆ ਕਿ ਜਾਂਚ ਕਿਉਂ ਨਹੀਂ ਕੀਤੀ ਗਈ, ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਗਈ, ਕੀ ਕੀਤੀ ਗਈ ਹੈ ਨਹੀਂ, ਇਸ ਬਾਰੇ ਕੋਈ ਸੀਨੀਅਰ ਅਧਿਕਾਰੀ ਬਿਆਨ ਕਿਉਂ ਨਹੀਂ ਦੇ ਰਿਹਾ, ਕਿਉਂ ਬਰਖਾਸਤ SHO ਨਵਦੀਪ ਸਿੰਘ ਦੇ ਤੱਥ ਸੱਚ ਹੁੰਦੇ ਨਜ਼ਰ ਆ ਰਹੇ ਨੇ। ਜੋ ਗੱਲਾਂ ਉਹ ਕਹਿੰਦੇ ਪਏ ਨੇ ਉਹ ਸਾਫ਼ ਤੌਰ ਦੇ ਉੱਤੇ ਸਵਾਲ ਖੜ੍ਹੇ ਕਰਨ ਲੱਗ ਗਈਆਂ ਨੇ। ਇਹਨਾਂ ਹਾਲਾਤਾਂ ਦੇ ਵਿੱਚ ਫਿਲਹਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ 306 ਦਾ ਪਰਚਾ ਉਹਨਾਂ ਦੇ ਉੱਤੇ ਬੇਫਜ਼ੂਲ ਕੀਤਾ ਗਿਆ, ਯਾਨੀ ਕਿ ਨਜਾਇਜ਼ ਪਰਚਾ ਕੀਤਾ ਗਿਆ। ਪਰ ਉਸ ਆਧਾਰ ਦੇ ਉੱਤੇ ਜੇ ਗੱਲ ਕਰੀਏ ਤਾਂ ਚਿੰਤਕ ਇਹੀ ਗੱਲ ਕਹਿ ਰਹੇ ਨੇ, ਜਦੋਂ ਅਬੈਟਮੈਂਟ ਟੂ ਸੁਸਾਈਡ ਦਾ ਮਾਮਲਾ ਸੀ ਉਦੋਂ ਅਬੈਟਮੈਂਟ ਟੂ ਸੁਸਾਈਡ ਦੀ ਧਾਰਾ ਹੀ ਲੱਗਣੀ ਸੀ। ਹਾਲਾਂਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਪੁਲਿਸ ਅਦਾਰੇ ਚੰਗੀ ਤਰ੍ਹਾਂ ਜਾਣਦੇ ਹੋ ਸਕਦੇ ਨੇ ਕਿ ਕਿਹੜੀਆਂ ਧਾਰਾਵਾਂ ਲੱਗਦੀਆਂ ਨੇ, ਪਰ ਅਬੈਟਮੈਂਟ ਟੂ ਸੁਸਾਈਡ ਤਾਂ 306 ਦੇ ਅਧੀਨ ਹੀ ਨਜਿੱਠੀ ਜਾ ਸਕਦੀ ਹੈ। ਪਰ ਜੇ ਬਾਕੀ ਤੱਥਾਂ ਦੇ ਉੱਤੇ ਧਿਆਨ ਦਈਏ, ਬਰਖਾਸਤ SHO ਨਵਦੀਪ ਸਿੰਘ ਦੇ ਜਿਹੜੇ ਤੱਥ ਪੇਸ਼ ਕੀਤੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਹੁਣ ਸਵਾਲ ਦੁਬਾਰਾ ਖੜ੍ਹੇ ਹੋਣ ਲੱਗ ਗਏ ਨੇ। ਕੋਸ਼ਿਸ਼ ਕਰਾਂਗੇ ਬਰਖਾਸਤ SHO ਨਵਦੀਪ ਸਿੰਘ ਦੇ ਨਾਲ ਰਾਬਤਾ ਕਾਇਮ ਕਰਨ ਦੀ, ਔਰ ਹੋ ਸਕਦਾ ਹੈ ਕਿ ਇਹਨਾਂ ਦੇ ਉੱਤੇ ਵੱਧ ਕਰਕੇ ਚਾਨਣਾ ਪੈ ਸਕੇ, ਔਰ ਦੂਸਰੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੇ ਵਿਚਾਰ ਹੋ ਸਕਦੇ ਨੇ। ਇਹਨਾਂ ਮਸਲਿਆਂ ਨੂੰ ਲੈ ਕੇ ਕੀ ਕੁਝ ਸਾਹਮਣੇ ਆਉਂਦਾ ਉਹ ਵਕਤ ਦੱਸੇਗਾ। ਫਿਲਹਾਲ ਬਰਖਾਸਤ SHO ਨਵਦੀਪ ਸਿੰਘ ਦੇ ਮਾਮਲੇ ਦੇ ਵਿੱਚ ਥੋੜੀ ਕੀ ਰਾਏ ਦੱਸਣਾ ਨਾ ਭੁੱਲਣਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।